पंजाब प्रदेश कांग्रेस के अध्यक्ष और गुरदासपुर से सांसद सुनील जाखड़ और कैबिनेट मंत्री सुखजिंदर रंधावा शहीद संदीप सिंह के अंतिम संस्कार के 5 दिन बाद शहीद के पैतृक गांव पहुंचे और शहीद के परिवार से दुख साझा किया। इस मौके जहां सुनील जाखड़ ने केंद्र सरकार पर निशाना साधते हुए कहा कि केंद्र सरकार को अपनी विदेश नीतियों में बदलाव लाना चाहिए और सुरक्षा प्रबंधों में सुधार करना चाहिए, और वहीं कैबिनेट मंत्री रंधावा ने कहा कि शहीद के परिवार को मिलने वाली सभी सुविधाएं दी जाएंगी। गुरदासपुर से सुखवीर सोखी। सर परिवार वालों हाँ पहले आधार से यह हुई कि हाँ जी नूह नौकरी दी जाए, और बाद अपना गेट बने, सड़क जी चौड़ी हो कि सड़क बहुत हाँ छोटी आ जो कि डबल क्रॉसिंग नहीं हो सकती जो गड्डी होगी उधर ठीक है। इस वक्त वो पूरी अपनी हमदर्दी कह गए हैं कि नौकरी तो पहले आधार से ही है, जरा दूजे तो समाज वास्ते ही है सड़क जी चौड़ी से अपना जो गेट आ ਉਹਦੇ ਨਾਂ ਵਾਸਤੇ ਆ ਕਿ ਨਾਂ ਰਹੂਗਾ ਉਹਨੇ ਇੱਕ ਬਹਾਦਰੀ ਕੀਤੀ ਆ ਉਹਨਾਂ ਨੇ ਇਹਨਾਂ ਨੇ ਜਿਹੜੀ ਹੈਗੀ ਪਿੰਡ ਵਾਲੀ ਉਹ ਆਪ ਸ਼ਹੀਦ ਜਦੋਂ ਪਿੰਡ ਆਇਆ ਛੁੱਟੀ ਕੱਟਣ ਲਈ 8 ਦਿਨ ਲਈ ਅਤੇ ਉਹਨੇ ਜਾਣ ਲੱਗੇ ਕਿਹਾ ਸੀ ਕਿ ਮੇਰਾ ਯਾਦਗਾਰ ਜੁੜ ਕੋਈ ਬਣਾ ਕੇ ਰੱਖਿਓ। ਵੈਸੇ ਉਹਨੇ ਆਪਣੇ ਫਰੈਂਡ ਦੀ ਜਿਹੜੇ ਇੱਥੇ ਖੜ੍ਹੇ ਸੀ ਅਤੇ ਜਿਹੜੀ ਮੇਰੀ ਮਾਤਾ ਉਹ ਵੈਸੇ ਮੇਰੇ ਪਿੰਡ ਦੀ ਆ ਉਦੋਂ ਵਾਲੀ ਤੋਂ ਮੈਂ ਧਾਰੋ ਵਾਲੀ ਦੇ ਨਾਲ ਹੀ ਮੈਂ ਉਹਦੇ ਵੇਖੋ ਇਸ ਬੱਚੇ ਦੇ ਮੈਂ ਵਿਆਹ 'ਤੇ ਵੀ ਆਇਆ ਅਤੇ ਅੱਜ ਉਸੇ ਹੀ ਬੱਚੇ ਦੇ ਅਫਸੋਸ ਕਰਨ ਲਈ ਮੈਨੂੰ ਆਉਣਾ ਪੈ ਰਿਹਾ। ਬੜੀ ਵੱਡੀ ਇਹਦੀ ਕੁਰਬਾਨੀ ਹੈ, ਜਿੱਡੀ ਵੱਡੀ ਇਹਨੇ ਕੁਰਬਾਨੀ ਕੀਤੀ ਮੇਰੇ ਖਿਆਲ ਕਿ ਸਾਡੇ ਪੰਜਾਬ ਦਾ ਤਾਂ ਸਿਰ ਉੱਚਾ ਹੋਇਆ ਹੀ ਹੋਇਆ, ਖਾਸ ਕਰਕੇ ਜਿਹੜੀ ਬੇਟੀ ਆ ਜਿਹੜੀ ਸ਼ੋਹਣ ਪਿੰਡ ਤੋਂ ਆ ਉਸ ਪਰਿਵਾਰ ਨੇ ਵੀ ਬਹੁਤ ਵੱਡਾ ਉਹਨਾਂ ਦਾ ਨਾਂ ਪੈਦਾ ਕੀਤਾ ਅਤੇ ਅੱਜ ਜਦੋਂ ਉਹਦੇ ਵੱਲ ਵੇਖੀਦਾ ਕਿ ਬਹੁਤ ਛੋਟੀ ਉਮਰ ਦੀ ਹੈ ਅਤੇ ਸਰਕਾਰ ਨੇ ਨੌਕਰੀ ਵੀ ਉਹਨੂੰ ਦੇਣੀ ਹੈ, ਗੇਟ ਵੀ ਬਣਨੇ ਆ, ਸੜਕ ਵੀ ਬਣੇਗੀ, ਪਰ ਅਸੀਂ ਉਹਨੂੰ ਸੰਦੀਪ ਨੂੰ ਵਾਪਸ ਨਹੀਂ ਲਿਆ ਸਕਦੇ। ਇਹ ਸਾਰੀ ਚੀਜ਼ਾਂ ਕੈਪਟਨ ਸਾਹਿਬ ਨੇ ਕਿਹਾ, ਜਾਖੜ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਵੀ ਉਹਨਾਂ ਨਾਲ ਅਫਸੋਸ ਕਰਿਓ ਅਤੇ ਜਿਹੜੀ ਜਿਹੜੀ ਕੋਈ ਉਹਨਾਂ ਦੀ ਡਿਮਾਂਡ ਆ ਉੱਥੇ ਮੌਕੇ 'ਤੇ ਪੂਰੀ ਕਰਕੇ ਆਇਓ। ਇਹ ਸਾਰੀਆਂ ਡਿਮਾਂਡਾਂ ਉਹਨਾਂ ਦੇ ਕਹਿਣ 'ਤੇ ਪੂਰੀਆਂ ਕਰ ਦਿੱਤੀਆਂ। ਸ਼ਹੀਦ ਸੰਦੀਪ ਸਿੰਘ ਨੇ ਆਪਣੀ ਜਾਨ ਕੁਰਬਾਨ ਕਰਕੇ ਜਿੱਥੇ ਸਾਡੇ ਦੇਸ਼ ਦੀ ਸਰਹੱਦ ਨੂੰ ਸੁਰੱਖਿਅਤ ਕੀਤਾ ਉੱਥੇ ਆਪਣੇ ਯੂਨਿਟ ਦੇ ਬਾਕੀ ਜਿਹੜੇ ਸਾਥੀ ਸੀ ਉਹਨਾਂ ਦੀ ਜਾਨ ਵੀ ਬਚਾਈ ਅਤੇ ਉਹਨਾਂ ਨੇ ਆਪਣੀ ਜਾਨ ਕੁਰਬਾਨ ਕਰਕੇ ਤਾਂ ਕਿ ਅਸੀਂ ਹਿੰਦੁਸਤਾਨ ਦੇ ਅੰਦਰ ਸ਼ਾਂਤੀ ਨਾਲ ਰਹਿ ਸਕੀਏ ਉਹਦੇ ਵਾਸਤੇ ਆਪਣੀ ਅਲਟੀਮੇਟ ਕੁਰਬਾਨੀ ਦਿੱਤੀ ਹੈ। ਅਸੀਂ ਉਹਨਾਂ ਦੇ ਇਸ ਕੁਰਬਾਨੀ ਨੂੰ ਨਤਮਸਤਕ ਹਾਂ। ਉਹਨਾਂ ਦਾ ਜਿਹੜਾ ਦੇਣ ਹੈ ਸੰਦੀਪ ਸਿੰਘ ਜੀ ਦਾ ਅਤੇ ਬਾਕੀ ਸਾਡੇ ਸਾਰੇ ਜਿੰਨੇ ਵੀ ਫੌਜੀ ਸਾਥੀ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜੋ ਅੱਜ ਬਾਰਡਰ ਦੇ ਉੱਤੇ ਆਪਣੀ ਜਾਨ ਹਥੇਲੀ 'ਤੇ ਲੈ ਕੇ ਬੈਠੇ ਹੈ ਉਹਨਾਂ ਦੇ ਪ੍ਰਤੀ ਸਾਰਾ ਦੇਸ਼ ਨਤਮਸਤਕ ਹੈ। ਕਿਉਂਕਿ ਜਿਹੜੀ ਫੌਜ ਹੈ ਸਾਡੀ ਉਹ ਰਾਜਨੀਤੀ ਜਾਂ ਕਿਸੇ ਪ੍ਰਾਂਤ ਤੋਂ ਉੱਤੇ ਉੱਠ ਕੇ ਸਾਰੇ ਮੁਲਕ ਦਾ ਮੱਥੇ ਦਾ ਸਰਤਾਜ ਹੈ, ਉਹ ਸਾਡੇ ਸਾਰੇ ਮੁਲਕ ਦੀ ਫੌਜ ਹੈ, ਕਿਸੇ ਇੱਕ ਪਾਰਟੀ ਦੀ ਨਹੀਂ, ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਨਹੀਂ, ਉਹ ਸਾਰੇ ਮੁਲਕ ਦੇ ਵਾਸਤੇ ਆਪਣੀ ਮੁਲਕ ਨੂੰ ਸੁਰੱਖਿਅਤ ਰੱਖਣ ਵਾਸਤੇ ਕਰਦੇ ਹੈ। ਅਤੇ ਜਿਹੜੇ ਲੋਕ ਵੀ ਫੌਜ ਦੇ ਉੱਤੇ ਰਾਜਨੀਤੀ ਕਰਨਾ ਚਾਹੁੰਦੇ ਆ, ਮੈਂ ਸਮਝਦੇ ਹਾਂ ਇਹਨਾਂ ਲੋਕਾਂ ਦੀ ਕੁਰਬਾਨੀ ਦੇ ਉੱਤੇ ਉਹ ਇੱਕ ਗਲਤ ਸੰਦੇਸ਼ ਲੋਕਾਂ 'ਚ ਜਾਂਦਾ। ਕਿਉਂਕਿ ਕੁਰਬਾਨੀਆਂ ਜਦੋਂ ਦਾ ਮੁਲਕ ਬਣੇ ਪਹਿਲੇ ਆਜ਼ਾਦ ਕਰਨ ਵਾਸਤੇ ਲੋਕਾਂ ਨੇ ਕੁਰਬਾਨੀਆਂ ਦਿੱਤੀ, ਜਿਹੜੇ ਸਾਡੇ ਆਜ਼ਾਦੀ ਗੁਲਾਟੀਏ ਸੀਗੇ, ਅਤੇ ਉਸ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਜਦੋਂ ਕਿਤੇ ਵੀ ਲੋੜ ਪਈ ਹੈ ਉਹਦੇ ਵਾਸਤੇ ਸਾਡੇ ਫੌਜੀਆਂ ਨੇ ਬਿਨਾਂ ਝਿਜਕ ਆਪਣੀ ਜਾਨ ਕੁਰਬਾਨ ਕੀਤੀ ਹੈ। ਅਤੇ ਅੱਜ ਜਦੋਂ ਅਸੀਂ ਇੱਕ ਦਿਨ ਪਹਿਲਾਂ ਸਰਜੀਕਲ ਸਟ੍ਰਾਈਕ ਦਿਵਸ ਮਨਾ ਕੇ ਹਟੇ ਹਾਂ ਉਦੋਂ ਮੈਂ ਸਮਝਦਾ ਵੀ ਸਰਕਾਰਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਰਜੀਕਲ ਸਟ੍ਰਾਈਕ ਜਾਂ ਇਸ ਕਿਸਮ ਦੀ ਸਟ੍ਰਾਈਕਸ ਜਦੋਂ ਕਦੇ ਵੀ ਸਾਡੇ ਕਿਸੇ ਫੌਜੀ ਦੇ ਨਾਲ ਐਸੀ ਘਟਨਾ ਵਾਪਰੀ ਹੈ, ਜਿਸ ਤਰ੍ਹਾਂ ਕੋਈ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਜ਼ ਆਉਂਦਾ ਨਹੀਂ, ਬਹੁਤ ਹੀ ਜਗੰਨਿਆ ਕਈ ਵਾਰੀ ਅਪਰਾਧ ਕਰਕੇ ਜਦੋਂ ਤੁਰਦਾ, ਅਤੇ ਹਮੇਸ਼ਾ ਸਾਨੂੰ ਫੌਜੀਆਂ ਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਵੀ 1 ਦੇ 10 ਲੈ ਕੇ ਆਉਣੇ, ਸਾਡੇ ਫੌਜੀ 1 ਦੇ 11 ਹੀ ਲੈ ਕੇ ਆਉਂਦੇ ਆ, ਉਹਦੇ ਵਿੱਚ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਆਹ ਸਾਡਾ ਮੁਲਕ ਹੈ, ਆਹ ਸਾਡੇ ਮੁਲਕ ਦੀ ਫੌਜ ਹੈ ਜਿਹਨੇ 1 ਲੱਖ ਦੇ ਕਰੀਬ ਪਾਕਿਸਤਾਨੀ ਫੌਜੀ ਸਰੈਂਡਰ ਕਰਾਏ ਸੀ, ਘੁੱਟਣੇ ਟੇਕਣੇ ਪਏ ਉਹਨਾਂ ਨੂੰ ਬੰਗਲਾਦੇਸ਼ ਦੇ ਅੰਦਰ। ਅੱਜ ਸਾਨੂੰ ਉਹ ਵੀ ਯਾਦ ਕਰਨੇ ਚਾਹੀਦੇ ਆ। ਆਹ ਸਪਟੈਂਬਰ 23 ਸਪਟੈਂਬਰ ਨੂੰ ਆ 65 ਦੀ ਲੜਾਈ ਜਦੋਂ ਖਤਮ ਹੋਈ ਹੈ, ਉਹ ਵੀ ਜਦੋਂ ਸਾਡੀਆਂ ਫੌਜਾਂ ਲਾਹੌਰ 'ਚ ਜਾ ਕੇ ਵੜ ਗਈਆਂ ਸੀਗੀਆਂ, ਉਸ ਗੱਲ ਨੂੰ ਆਪਾਂ ਕਿਵੇਂ ਭੁਲਾ ਸਕਦੇ ਹਾਂ। ਜਦੋਂ ਕਿਤੇ ਵੀ ਲੋੜ ਪਈ ਹੈ, ਚਾਹੇ ਚੀਨ ਦੇ ਮੁਕਾਬਲੇ ਸਾਡੇ ਕੋਲ ਹਥਿਆਰ ਨਹੀਂ ਸੀ, ਪਰ ਸਾਡੇ ਫੌਜੀਆਂ ਨੇ ਉਦੋਂ ਵੀ ਬਿਨਾਂ ਸਾਡੇ ਕੋਲ ਪਾਉਣ ਨੂੰ ਉਦੋਂ ਕੱਪੜੇ ਵੀ ਹੈ ਨਹੀਂ ਸੀਗੇ ਸਰਦੀ ਦੇ ਖਿਲਾਫ, ਤਾਂ ਵੀ ਸਾਡੇ ਫੌਜੀਆਂ ਨੇ ਬਿਨਾਂ ਪਰਵਾਹ ਕਰਕੇ ਉੱਥੇ ਜਾ ਕੇ ਆਪਣੀ ਕੁਰਬਾਨੀਆਂ ਦਿੱਤੀ, ਦੇਸ਼ ਨੂੰ ਸੁਰੱਖਿਅਤ ਕੀਤਾ। ਇਸ ਕਰਕੇ ਸਾਡੇ ਫੌਜ ਦੇ ਜਿਹੜੀ ਕੁਰਬਾਨੀ ਹੈ ਉਹਨਾਂ ਨੂੰ ਵਾਰ ਵਾਰ ਹਿਮਤਿਆਨ ਨਾ ਲਿਆ ਜਾਵੇ
मेरी हुक्मरान जिहड़े है जिहड़े सत्ताधारी केंद्र जी अंदर बैठे है उन्हां नूं एक संदेश देना चाहूँगा भी फौज साडे सारिआं दी है, मुल्क साडे सारिआं दा है ते अज साडे फौजियां दा इम्तिहान ना लै के अपनी जिहड़ी डिप्लोमेसी है अपनी जिहड़ी फॉरन पॉलिसी है उहनूं सुधारन क्योंकि आ सारिआं गल्लां सामने आ चुकियां जदों 2014 दे अंदर करीबन 222 वारी गोलीबारी की घटना हुई सी ਉਹ ਹੁਣ ਅੱਜ ਜਿਹੜੀ ਹੈ 2018 ਦੇ ਅੰਦਰ ਵੱਧ ਕੇ 406 ਹੁਣ ਤਾਈਂ ਘਟਨਾਵਾਂ ਹੋ ਚੁੱਕੀਆਂ। ਇਸੇ ਤਰ੍ਹਾਂ ਗੋਲੀਬਾਰੀ ਦੀ ਜਿਹੜੀ ਘਟਨਾ ਹੈ ਉਹ ਗੋਲੀਬਾਰੀ 2014 ਦੇ ਅੰਦਰ 153 ਵਾਰੀ ਗੋਲੀਬਾਰੀ ਪਾਕਿਸਤਾਨ ਦੇ ਸਾਈਡ ਤੋਂ ਚਾਲੂ ਕੀਤੀ ਗਈ, ਹੁਣ 2018 'ਚ ਹੁਣ ਤਾਈਂ 1086 ਘਟਨਾਵਾਂ ਹੋ ਚੁੱਕੀਆਂ। ਆ ਇਸ ਕਰਕੇ ਨਹੀਂ ਵੀ ਸਾਡੇ ਫੌਜੀ ਆਪਣੀ ਕਰਤੱਵ ਹੈ ਆਪਣੀ ਕੁਰਬਾਨੀਆਂ ਦੇਣ 'ਚ ਪਿੱਛੇ ਹਟੇ ਹੈ, ਇਸ ਕਰਕੇ ਵੀ ਸਾਡੀ ਜਿਹੜੀ ਫੋਰਨ ਪਾਲਿਸੀ ਹੈ ਸਾਡੀ ਜਿਹੜੀ ਅਸੀਂ ਫੈਸਲਾ ਨਹੀਂ ਕਰ ਪਾ ਰਹੇ ਕਦੋਂ ਅਸੀਂ ਪਾਕਿਸਤਾਨ ਜਾ ਕੇ ਬਿਨ ਬੁਲਾਏ ਮਹਿਮਾਨ ਦੇ ਤੌਰ 'ਤੇ ਤੁਰ ਜਾਂਦੇ ਹਾਂ, ਕਦੀ ਉਹਨਾਂ ਨੂੰ 56 ਇੰਚ ਛਾਤੀ ਦੀ ਗੱਲਾਂ ਕਰਦੇ ਹਾਂ। ਇੱਕ ਫੈਸਲਾ ਸਰਕਾਰ ਨੂੰ ਲੈਣਾ ਪਊਗਾ, ਦੇਸ਼ ਦੀ ਸੁਰੱਖਿਆ ਵਾਸਤੇ ਜੋ ਵੀ ਫੈਸਲਾ ਕੇਂਦਰ ਸਰਕਾਰ ਲੈਂਦੀ ਹੈ ਉਹਦੇ ਨਾਲ ਸਾਰਾ ਮੁਲਕ ਖੜ੍ਹਾ ਹੈ, ਪਰ ਕੇਂਦਰ ਸਰਕਾਰ ਨੂੰ ਇਹਦੇ ਵਿੱਚ ਰਾਜਨੀਤੀ ਛੱਡ ਕੇ ਦੇਸ਼ ਦੀ ਸੁਰੱਖਿਆ ਦੇ ਹਿੱਤ ਨੂੰ ਸਾਹਮਣੇ ਰੱਖ ਕੇ ਫੈਸਲਾ ਲੈਣਾ ਚਾਹੀਦਾ।